ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲੱਗਦਾ ਹੈ ਜਾਂ ਨਹੀਂ, ਜਾਂ ਕੜਾ ਪ੍ਰਸ਼ਾਦ ਦੀ ਦੇਗ ਵਿੱਚ ਕਿਰਪਾਨ ਭੇਟਾ ਕਰਨ ਲੱਗਿਆ ਆਪ ਜੀ ਪ੍ਰਸੰਨ ਹੋ ਕੇ ਭੋਗ ਲਾਓ, ਇਹ ਸ਼ਬਦ ਵਰਤਣਾ ਚਾਹੀਦਾ ਹੈ ਕਿ ਜਾਂ ਦਰ ਪ੍ਰਵਾਨ ਹੋਵੇ ਵਰਤਣਾ ਚਾਹੀਦਾ? ਗੁਰਮੁਖੋ, ਇਹ ਸਾਡੀ ਭਾਵਨਾ ਤੇ ਡਿਪੈਂਡ ਕਰਦਾ ਹੈ। ਜੇ ਤੇ ਭਾਵਨਾ ਹੈ ਤੇ ਫਿਰ ਭੋਗ ਲੱਗਦਾ ਹੈ, ਜੇ ਭਾਵਨਾ ਨਹੀਂ ਤੇ ਫਿਰ ਨਹੀਂ ਲੱਗੇਗਾ। ਇਹ ਸਾਡੀ ਭਾਵਨਾ ਤੇ ਡਿਪੈਂਡ ਕਰਦਾ ਹੈ। ਜਦੋਂ ਇਹ ਬਚਨ ਕੀਤਾ ਜਾਂਦਾ ਹੈ ਤੇ ਕਈ ਹੋਰ ਵੀ ਬਚਨ ਸੁਣਨ ਨੂੰ ਮਿਲਦੇ ਨੇ। 2015 ਦੇ ਵਿੱਚ ਦਾਸ ਆਸਟ੍ਰੇਲੀਆ ਆਇਆ ਸੀ, ਉਦੋਂ ਵੀ ਕੁਝ ਪਿਆਰਿਆਂ ਨੇ ਇਹ ਸਵਾਲ ਕੀਤਾ ਸੀ, ਮੈਂ ਉੱਤਰ ਦਿੱਤਾ ਸੀ ਹਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲੱਗਦਾ ਹੈ ਤੇ ਪ੍ਰਸੰਨ ਹੋ ਕੇ ਭੋਗ ਲਾਓ ਸ਼ਬਦ ਹੀ ਵਰਤਣਾ ਚਾਹੀਦਾ। ਤਾਂ ਉਸ ਵੇਲੇ ਇੱਕ ਪਿਆਰੇ ਨੇ ਇਹ ਸਵਾਲ ਕੀਤਾ ਕਿ ਗਿਆਨੀ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂੰਹ ਕਿੱਥੇ ਹੈ ਜਿਸ ਨਾਲ ਉਹ ਭੋਗ ਲਾਉਂਦੇ ਨੇ? ਇਹ ਸਵਾਲ ਤੇ ਬੜਾ ਹਾਸੋਹੀਣਾ ਸੀ, ਪਰ ਫਿਰ ਵੀ ਗੁਰਮਤ ਦਾ ਸਿਧਾਂਤ ਹੈ ਕਿ ਰੋਸ ਨਾ ਕੀਜੈ ਪੁੱਤਰ ਬੀਜੈ, ਗੁੱਸਾ ਨਹੀਂ ਕਰਨਾ ਪੁੱਤਰ ਦੇਣਾ ਚਾਹੀਦਾ। ਮੈਂ ਕਿਹਾ ਗੁਰਮੁਖੋ, ਮੈਨੂੰ ਇਹ ਦੱਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੁਸੀਂ ਅਰਦਾਸ ਕਰਦੇ ਜਾਂ ਕਰਵਾਉਂਦੇ ਹੋ? ਕਹਿਣ ਲੱਗੇ ਜੀ ਇਹਦਾ ਕੀ ਭਾਵ, ਜਿਹੜਾ ਮੈਂ ਸਵਾਲ ਕੀਤਾ ਉਹਦਾ ਉੱਤਰ ਦਿਓ। ਮੈਂ ਕਿਹਾ ਮੈਂ ਉਸੇ ਦਾ ਹੀ ਉੱਤਰ ਦੇਣ ਲੱਗਾ, ਤੁਸੀਂ ਦੱਸੋ। ਕਹਿਣ ਲੱਗੇ ਹਾਂ ਅਰਦਾਸ ਕਰਦੇ ਵੀ ਹਾਂ ਤੇ ਕਰਵਾਉਂਦੇ ਵੀ ਹਾਂ। ਕੀ ਸਾਡੀ ਅਰਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਣਦੇ ਨੇ? ਕਹਿਣ ਲੱਗਾ ਹਾਂ ਸੁਣਦੇ ਨੇ ਜ਼ਰੂਰ। ਮੈਂ ਕਿਹਾ ਦੁਬਾਰਾ ਸੋਚ ਲਓ, ਮੁੱਕਰ ਨਾ ਜਾਇਓ। ਕਹਿਣ ਲੱਗੇ ਨਹੀਂ, ਇਹ ਸਾਨੂੰ ਭਰੋਸਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਅਰਦਾਸ ਸੁਣਦੇ ਨੇ। ਮੈਂ ਕਿਹਾ ਗੁਰਮੁਖੋ, ਫਿਰ ਮੈਨੂੰ ਦਿਖਾਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੰਨ ਕਿੱਥੇ ਨੇ ਜਿਨ੍ਹਾਂ ਨਾਲ ਸੁਣਦੇ ਨੇ? ਫਿਰ ਉਸ ਗੁਰਮੁਖ ਨੂੰ ਜਵਾਬ ਨਹੀਂ ਆਇਆ। ਮੈਂ ਕਿਹਾ ਜਿਹੜਾ ਗੁਰੂ ਬਿਨਾਂ ਕੰਨਾਂ ਤੋਂ ਸੁਣ ਸਕਦਾ ਹੈ ਉਹ ਸਤਿਗੁਰੂ ਬਿਨਾਂ ਮੁੱਖ ਤੋਂ ਛੱਕ ਵੀ ਸਕਦਾ ਹੈ। ਇਸ ਕਰਕੇ ਗੁਰਮੁਖੋ, ਇਹ ਸਾਡੀ ਭਾਵਨਾ ਤੇ ਡਿਪੈਂਡ ਕਰਦਾ ਹੈ। ਮੈਨੂੰ ਅੱਜ ਵੀ ਚੇਤੇ ਆ ਜਾਂਦਾ ਹੈ ਕਿ 2005 ਦੀ ਗੱਲ ਹੈ ਤੇ ਕੁਝ ਸਿੰਘਾਂ ਦੇ ਨਾਲ ਫਲੌਰ ਦੇ ਇਲਾਕੇ ਵਿੱਚ ਗਏ ਸਾਂ। ਸ੍ਰੀ ਅਖੰਡ ਪਾਠ ਸਾਹਿਬ ਜੀ ਰੱਖਿਆ ਸੀ ਤੇ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਤੇ ਦਾਸ ਨੇ ਅਰਦਾਸ ਕੀਤੀ। ਉੱਥੇ ਕੋਈ ਗੁਰਮੁਖ ਬਜ਼ੁਰਗ ਸੀ, ਕਿਸੇ ਦੇ ਘਰ ਕੀਰਤਨ ਦੀ ਹਾਜ਼ਰੀ ਭਰ ਕਰਕੇ ਆਇਆ ਤੇ ਸੰਗਤ ਨੇ ਉਹਦਾ ਸਨਮਾਨ ਕੀਤਾ, ਜਿੱਥੇ ਸਿਰ ਪਾਉ ਦਿੱਤਾ ਉੱਥੇ ਫੁੱਲਾਂ ਦੇ ਹਾਰ ਉਹਦੇ ਗਲ ਵਿੱਚ ਪਾਏ। ਉਹ ਵੀ ਅਰਦਾਸ ਵਿੱਚ ਸ਼ਾਮਿਲ ਹੋ ਗਿਆ। ਅਰਦਾਸ ਦੀ ਸਮਾਪਤੀ ਤੋਂ ਬਾਅਦ ਵਿੱਚ ਮੈਨੂੰ ਕਹਿਣ ਲੱਗਾ ਕਿ ਗਿਆਨੀ ਜੀ,
ਤੁਸੀਂ ਅਰਦਾਸ ਵਿੱਚ ਇਹ ਸ਼ਬਦ ਕਿਉਂ ਵਰਤਿਆ ਕਿ ਆਪ ਜੀ ਪ੍ਰਸੰਨ ਹੋ ਕਰਕੇ ਭੋਗ ਲਾਓ? ਇਹ ਸ਼ਬਦ ਗੁਰਮਤਿ ਦੇ ਦਾਇਰੇ ਵਿੱਚ ਨਹੀਂ ਗਏ। ਮੈਂ ਕਿਹਾ ਬਜ਼ੁਰਗੋ ਤੁਸੀਂ ਦੱਸੋ ਕੀ ਵਰਤਣਾ ਚਾਹੀਦਾ? ਕਹਿਣ ਲੱਗਾ ਕਿ ਸਾਨੂੰ ਦਰ ਪ੍ਰਵਾਨ ਹੋਵੇ ਸ਼ਬਦ ਵਰਤਣਾ ਚਾਹੀਦਾ। ਮੈਂ ਕਿਹਾ ਇਹਦਾ ਮੈਨੂੰ ਕਾਰਨ ਦੱਸੋ। ਕਹਿਣ ਲੱਗਾ ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਪਿਛਲੇ ਸਮੇਂ ਵਿੱਚ ਪੰਡਿਤ ਲੋਕ ਮੂਰਤੀਆਂ ਨੂੰ ਭੋਗ ਲਵਾਉਂਦੇ ਸੀ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਵਾਉਣ ਲੱਗ ਪਏ। ਮੈਂ ਕਿਹਾ ਸੱਜਣਾ ਗੱਲ ਗੱਲਾਂ ਨਾਲ ਨਹੀਂ ਬਣਨੀ, ਪ੍ਰਵਾਨ ਦੇ ਗੁਰਬਾਣੀ ਨੇ। ਉਸਨੇ ਮੈਨੂੰ 8-10 ਸ਼ਬਦ ਪਾਵਨ ਗੁਰਬਾਣੀ ਵਿੱਚੋਂ ਸੁਣਾਏ, ਜਿਨ੍ਹਾਂ ਵਿੱਚ ਮੂਰਤੀ ਦਾ ਖੰਡਨ ਕੀਤਾ ਸੀ। ਤਾਂ ਮੈਂ ਕਿਹਾ ਗੁਰਮੁਖੋ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਕਿਤੇ ਜ਼ਿਕਰ ਨਹੀਂ ਆਇਆ, ਮੂਰਤੀਆਂ ਦਾ ਆਇਆ। ਮੈਨੂੰ ਇਹ ਦੱਸੋ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਮੰਨਦੇ ਜੀ? ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਾਂ ਮੂਰਤੀ? ਜਦੋਂ ਇੰਨਾ ਬਦਲ ਕੀਤਾ ਤੇ ਉਹ ਮੇਰੇ ਮੂੰਹ ਵੱਲ ਵੇਖੀ ਜਾਵੇ। ਹੁਣ ਇਹ ਤੇ ਕਹਿ ਨਹੀਂ ਸਕਦਾ ਕਿ ਮੈਂ ਮੂਰਤੀ ਮੰਨਦਾ। ਮੈਨੂੰ ਪਤਾ ਨਹੀਂ ਕਿ ਉਹਦੇ ਅੰਦਰ ਨੇ ਮੰਨਿਆ ਕਿ ਜਾਂ ਨਹੀਂ ਮੰਨਿਆ, ਪਰ ਤੁਹਾਨੂੰ ਕਹਿਣਾ ਪਿਆ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਮੰਨਦਾ। ਮੈਂ ਕਿਹਾ ਗੁਰਮੁਖਾ ਜਿੰਨੇ ਤੂੰ ਪ੍ਰਮਾਣ ਮੈਨੂੰ ਸੁਣਾਏ ਆ ਉਹ ਸਾਰੇ ਮੂਰਤੀ ਪੂਜਾ ਦੀ ਗੱਲ ਕਰਦੇ ਤੇ ਮੂਰਤੀ ਦੇ ਭੋਗ ਦੀ ਗੱਲ ਕਰਦੇ ਨੇ, ਤੇ ਇਹ ਉਹ ਪ੍ਰਮਾਣ ਮੈਨੂੰ ਸੁਣਾ ਕਰਕੇ ਤੂੰ ਗੁਰੂ ਗ੍ਰੰਥ ਸਾਹਿਬ ਦਾ ਖੰਡਨ ਕਰ ਰਹੇ ਆ? ਜੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੂੰ ਮੂਰਤੀ ਸਮਝਦਾ ਹੈ ਤੇ ਫਿਰ ਮੈਂ ਵੀ ਕਹਿੰਦਾ ਇੱਕ ਭੋਗ ਨਹੀਂ ਲੱਗੇਗਾ। ਪਰ ਜੇ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਝਦਾ ਹੈ, ਪ੍ਰਗਟ ਸਰੂਪ ਸਮਝਦਾ ਹੈ, ਤੇ ਫਿਰ ਭੋਗ ਲੱਗੇਗਾ। ਗੱਲ ਤੇਰੀ ਭਾਵਨਾ ਤੇ ਡਿਪੈਂਡ ਕਰਦੀ, ਜੇ ਭਾਵਨਾ ਨਹੀਂ ਤੇ ਫਿਰ ਨਹੀਂ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਅਰਦਾਸ ਕਰਦੇ ਹਾਂ ਤੇ ਸਾਡਾ ਵਿਸ਼ਵਾਸ ਹੈ ਕਿ ਸਤਿਗੁਰੂ ਜੀ ਸਾਡੀ ਅਰਦਾਸ ਸੁਣਦੇ ਹੈ, ਤੇ ਜੇ ਅਸੀਂ ਮੂਰਤੀ ਨਾਲ ਤੁਲਨਾ ਦੇ ਕਰਕੇ ਭੋਗ ਲਾਉਣ ਦੀ ਅਸੀਂ ਖੰਡਨਤਾ ਕਰਾਂਗੇ ਤੇ ਫਿਰ ਗੁਰਮੁਖੂ ਅਸੀਂ ਇਹ ਵੀ ਕਹਿ ਦੇਵਾਂਗੇ ਗੁਰੂ ਗ੍ਰੰਥ ਸਾਹਿਬ ਮੂਰਤੀ ਹੈ, ਫਿਰ ਮੂਰਤੀ ਵੱਲ ਹੀ ਅਸੀਂ ਤੁਰ ਪਏ। ਫਿਰ ਕੱਲ੍ਹ ਨੂੰ ਕਹਾਂਗੇ ਚੰਦੂਆ ਲਾਉਣ ਦੀ ਲੋੜ ਨਹੀਂ, ਮੱਥਾ ਟੇਕਣ ਦੀ ਲੋੜ ਨਹੀਂ, ਚੌਰ ਸਾਹਿਬ ਕਰਨ ਦੀ ਲੋੜ ਨਹੀਂ, ਫਿਰ ਸਾਰਾ ਕੁਝ ਖੰਡਨ ਹੋ ਜਾਵੇਗਾ। ਇਸ ਕਰਕੇ ਗੁਰਮੁਖੋ